ਕੁਰਾਲੀ ਦੇ ਸਪੋਕਸਮੈਨ ਅਖਬਾਰ ਦੇ ਪੱਤਰਕਾਰ ਸੁਖਵਿੰਦਰ ਸਿੰਘ ਸੁੱਖੀ ਦੀ ਟ੍ਰੇਨ ਹਾਦਸੇ ਵਿੱਚ ਮੌਤ ਹੋਣ ਕਾਰਨ ਇਲਾਕੇ ਦੇ ਪੱਤਰਕਾਰ ਭਾਈਚਾਰੇ ਦੇ ਵਿੱਚ ਸ਼ੋਕ ਦੀ ਲਹਿਰ ਦੌੜ ਪਈ ਹੈ। ਟਿਕਟੇ ਭਰਾ ਨੇ ਦੱਸਿਆ ਕਿ ਸੈਰ ਕਰਨ ਵਾਲੇ ਟ੍ਰੇਨ ਦੀ ਚਪੇਟ ਵਿੱਚ ਆਉਣ ਕਾਰਨ ਇਹ ਹਾਦਸਾ ਵਾਪਰਿਆ ਅਤੇ ਹਾਦਸੇ ਦੀ ਖਬਰ ਪਾ ਕੇ GRP ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ GRP ਪੁਲਿਸ ਦੇ ASI ਸੁਗਰੀਵ ਚੰਦ ਨੇ ਦੱਸਿਆ ਕਿ ਫਿਲਹਾਲ ਧਾਰਾ 174 ਦੇ ਅਧੀਨ ਮਾਮਲਾ ਦਰਜ ਕਰ ਲਿੱਤਾ ਹੈ ਅਤੇ ਜਾਂਚ ਦੇ ਦੌਰਾਨ ਜੋ ਵੀ ਤੱਥ ਸਾਹਮਣੇ ਆਣਗੇ ਉਹਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਮੈਨੂੰ ਕੁਛ ਨਹੀਂ ਪਤਾ, ਮੈਂ ਸਵੇਰੇ ਆਇਆ ਰਾਤ ਦਾ ਘਰੋਂ ਗਿਆ ਸੀਗਾ, ਮੈਨੂੰ ਸਵੇਰੇ ਘਰ ਦੇ ਕਾਲ ਆਈ ਵੀ ਘਰੇ ਨਹੀਂ ਆਇਆ। ਮੈਂ ਸਵੇਰੇ ਪਹੁੰਚਿਆ ਪਟਿਆਲੇ ਤੇ ਉੱਥੇ ਤੇ ਮੈਨੂੰ ਹੁਣ ਸਵੇਰੇ ਪਤਾ ਲੱਗਿਆ। ਐਕਸਪ੍ਰੈਸ ਕਰਮਾਰੀ ਸਿੱਧੀ ਟ੍ਰੇਨ ਨਾਲ ਜਿਹੜੀ ਬੋਡੀ ਆ ਅਸੀਂ ਮੌਕੇ ਤੇ 3 ਵਜੇ ਪਹੁੰਚ ਗਏ ਸੀਗੇ ਤੇ ਅਸੀਂ ਆਪਣੇ ਕਬਜ਼ੇ 'ਚ ਲੈ ਲਈ ਹੋਈ ਆ। ਜਿਹੜੀ ਸਰਚ ਤੋਂ ਸਾਨੂੰ ਇੱਕ ਤਾਂ ਚਾਂਦੀ ਦਾ ਕੜਾ ਮਿਲਿਆ ਆ ਤੇ ਇੱਕ ਤਾਂ ਮੋਬਾਈਲ ਫੋਨ ਮਿਲਿਆ। ਮੋਬਾਈਲ ਫੋਨ ਤੇ ਜਿਹੜੇ ਇਹਨਾਂ ਦੇ ਵਾਰਸਾਂ ਦਾ ਕੰਟੈਕਟ ਹੋਇਆ ਉਹਨਾਂ ਨੂੰ ਬੁਲਾ ਕੇ ਅਸੀਂ ਮੌਕੇ ਤੇ ਜਿਹੜਾ ਉਹ ਪਹੁੰਚ ਚੁੱਕੇ ਨੇ ਤੇ ਹੁਣ ਜਿਹੜੀ ਅਗਲੀ ਕਾਰਵਾਈ ਉਹਨਾਂ ਦੇ ਵਾਰਸਾਂ ਦੇ ਬਿਆਨ ਦੇ ਮੁਤਾਬਕ ਅਮਲ 'ਚ ਲੈ ਲਈ ਜਾਊਗੀ। ਕੁਰਾਲੀ ਤੋਂ ਡੇਵਿਡ ਵਰਮਾ, ਜੀਵੇ ਪੰਜਾਬ TV।